वाहिगुरु जी का खालसा वाहिगुरु जी की फतेह। जिहड़े मौजूदा SGPC हाउस ने लिफाफियां चो कढ के जथेदार नियुक्त किए हैं, कल उन्होंने कल्ले फैसले लैण तो घबरांदे होए होर अपने नाल बंदे खड़े करके फैसला लैण दा यतन किया। मैनू शक है क्योंकि इन्हां दे पैर वजन नहीं चकदे। ये जिहड़ा कम किया हैगा ये की किया, इन्होंने कहा कि साड़ी मत जवाब नहीं दिंदी, असी होरां दी मत दा दान लईए। पर मैं पुछना जथेदारां नूं कि जे थानू मत दान दी लोड़ है तां जिहड़ा SGPC दा चोण 2011 तो नहीं होया, हुण 13 साल हो गए, मतदान पंथ दा तुसी मंग लो, तुसी चोण करा दो। ਉਹੀ ਕਿਸੇ ਪਟੇ ਹਾਊਸ ਤੋਂ ਤੁਸੀਂ ਵਾਰ ਵਾਰ ਫਤਵਾ ਲੈ ਰਹੇ ਹੋ, ਵਾਰ ਵਾਰ ਉਹਨਾਂ ਤੋਂ ਕੋਈ ਕਦੀ ਬੁੱਧੀਜੀਵੀ ਬੁਲਾਉਣੇ, ਮਤਲਬ ਤੁਹਾਡੇ 'ਚ ਇਹ ਹੈ ਹੀ ਨਹੀਂ ਦਮ। ਹੁਣ ਤੁਸੀਂ ਦੇਖੋ ਕਿ ਅਮਿਤ ਸ਼ਾਹ ਦਾ ਨਾਂ ਕੈਨੇਡਾ ਦੇ ਮੰਤਰੀ ਨੇ ਲੈ ਲਿਆ ਕਿ ਸਿੱਖ ਮਾਰੂ ਨੀਤੀ ਉਹਨੇ ਅਪਣਾਈ ਹੋਈ ਹੈ, ਤੁਸੀਂ ਉਹਦੇ ਉੱਤੇ ਸਵਾਲ ਨਹੀਂ ਕੀਤਾ। ਤੁਹਾਡੇ ਉੱਤੇ ਸਵਾਲ ਆਉਂਦੇ ਹੈ ਕਿ ਤੁਸੀਂ ਅਮਿਤ ਸ਼ਾਹ ਨਾਲ ਰਲੇ ਹੋਏ ਹੋ, ਤੁਹਾਡੀਆਂ ਫੋਟੋਆਂ ਹੈਗੀਆਂ। ਜਦ ਅਮਿਤ ਸ਼ਾਹ ਦਾ ਸਪਸ਼ਟ ਨਾਂ ਲਿੱਤਾ ਗਿਆ ਹੈ ਕੈਨੇਡਾ ਦੀ ਸਰਕਾਰ ਰਾਹੀਂ, ਉਹਦੀ ਇਨਕੁਆਇਰੀ 'ਚ ਨਾਂ ਆਇਆ ਹੈ, ਸਾਮਨ ਗੋਇਲ ਦਾ ਆਇਆ, ਅਜੀਤ ਦੋਵਾਲ ਦਾ ਆਇਆ, ਇਹਦੇ ਉੱਤੇ ਤੁਸੀਂ ਟਿੱਪਣੀ ਕਿਉਂ ਨਹੀਂ ਕਰ ਰਹੇ? ਸਾਨੂੰ ਸਿੱਖਾਂ ਨੂੰ ਮਾਰਨਾ ਜਾਇਜ਼ ਹੈ? ਸਾਡੀ ਟਾਰਗੇਟਿਡ ਕਿਲਿੰਗ ਕਰਨੀ, ਐਕਸਟਰਾ ਜੁਡੀਸ਼ਲ ਕਿਲਿੰਗ ਕਰਨੀ, ਐਕਸਟਰਾ ਟੈਰੀਟੋਰੀਅਲ ਕਿਲਿੰਗ ਕਰਨੀ, ਇਹ ਕਦ ਤੋਂ ਨਿਯਮ ਬਣ ਗਿਆ ਹੈਗਾ? ਇਹਦੇ ਉੱਤੇ ਵੀ ਨਹੀਂ ਤੁਸੀਂ ਬੋਲ ਰਹੇ ਹੈਗੇ। ਇਹ ਜਿਹੜੀ ਢਿੱਲ ਅਤੇ ਕਮਜ਼ੋਰੀ ਹੈ, ਇਹ ਆਪਾਂ ਨੂੰ ਪੰਥਕ ਤੌਰ 'ਤੇ ਬਹੁਤ ਸਖਤਾਈ ਨਾਲ ਲੈਣੀ ਪੈਣੀ ਹੈ। ਅੱਜ ਉਹ BJP ਜਿਹੜੀ ਸਿੱਖਾਂ ਦੀ ਟਾਰਗੇਟਿਡ ਕਿਲਿੰਗ ਕਰ ਰਹੀ ਹੈ, ਇਹ ਜਿਮਣੀ ਚੋਣਾਂ 'ਚ ਵੀ ਆਪਣੇ ਨੁਮਾਇੰਦੇ ਖੜ ਕੇ ਗਈ ਹੈ, ਕਰ ਰਹੀ ਹੈ, ਉਹ ਵੀ ਸਿੱਖ ਚਿਹਰੇ ਦੇ ਰੂਪ 'ਚ ਸਾਡੇ ਸਾਹਮਣੇ ਆ ਰਹੇ ਹੈ। ਕਿ ਇਹਨਾਂ ਨੂੰ ਕੋਈ ਪੁੱਛਗਿੱਛ ਨਹੀਂ ਕਰਨਗੇ ਕਿ ਤੁਸੀਂ ਸਿੱਖਾਂ ਨੂੰ ਟਾਰਗੇਟਿਡ ਕਿਲਿੰਗ ਕਿਉਂ ਕਰ ਰਹੇ ਹੋ? ਇਹ ਵੀ ਆਪਣਾ ਫਰਜ਼ ਬਣਦਾ ਹੈਗਾ। ਹੱਥ ਜੋੜ ਕੇ ਪੰਥ ਨੂੰ ਅਪੀਲ ਹੈ ਕਿ ਆਪਾਂ ਇਕੱਠੇ ਹੋ ਕੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ 'ਤੇ, ਉਹ ਮੁਗਲ ਹਕੂਮਤ ਵਾਂਗ ਭਾਰਤ ਤੁਰਦੀ ਹੋਈ ਜਿਸ ਨੇ ਸਾਡੇ ਦਿੱਲੀ 'ਚ ਘੱਲੂਘਾਰੇ ਕੀਤੇ, ਖਾਲਰਾ ਸਾਹਿਬ ਨੇ 25,000 ਲਾਸ਼ਾਂ ਸਾਡੀਆਂ ਸ਼ਮਸ਼ਾਨ ਘਾਟਾਂ 'ਚ ਲੱਭ ਲਈਆਂ, ਸਾਡੇ ਜਿਹੜੇ BJP ਅਤੇ ਅਕਾਲੀ ਦਲ ਦੀ ਇਕੱਠੀ ਸਰਕਾਰ ਸੀ ਜਿਹਨੇ ਬਰਗਾੜੀ ਦੇ ਵਿੱਚ ਸਾਡਾ ਕਾਂਡ ਕੀਤਾ, ਗੁਰੂ ਸਾਹਿਬ ਦੇ ਬੇਅਦਬੀ ਹੋਈ, ਸਿੱਖਾਂ ਨੂੰ ਮਾਰਿਆ, ਉਹਨਾਂ ਦਾ ਲੇਖਾ ਜੋਖਾ ਕਰੀਏ। ਅੱਜ BJP ਵੀ ਜਵਾਬ ਦੇ ਹੈ ਅਤੇ ਸਾਡੇ ਜਥੇਦਾਰਾਂ 'ਚ ਦਮ ਹੀ ਨਹੀਂ ਹੈ ਕਿ ਉਹਨਾਂ ਨੂੰ ਸਵਾਲ ਕਰਨ, ਉਹਨਾਂ 'ਤੇ ਟਿੱਪਣੀ ਕਰਨ, ਸਿੱਖਾਂ ਨੂੰ ਸੁਰੱਖਿਅਤ ਰੱਖਣ, ਸਿੱਖਾਂ ਦੀ ਪ੍ਰੋਟੈਕਸ਼ਨ ਕਰਨ, ਸਿੱਖਾਂ ਦੇ ਮੁੱਦੇ ਚੱਕਣ। ਇਹਦਾ ਮਤਲਬ ਤਾਂ ਇਹੀ ਹੈ ਕਿ ਆਪਾਂ ਨੂੰ ਇੱਕ SGPC ਦਾ ਚੋਣ ਜ਼ਰੂਰੀ ਹੈ ਜਿਹਦੇ ਵਿੱਚ ਪੰਥ ਆਪਣਾ ਮਤਦਾਨ ਕਰਕੇ ਨਵਾਂ ਢਾਂਚਾ ਖੜ੍ਹਾ ਕਰੇ। ਜਿਹੜੇ ਮੌਜੂਦਾ SGPC ਹਾਊਸ ਨੇ ਲਿਫਾਫਿਆਂ 'ਚੋਂ ਕੱਢ ਕੇ ਜਥੇਦਾਰ ਨਿਯੁਕਤ ਕੀਤੇ ਹੈ, ਕੱਲ੍ਹ ਉਹਨਾਂ ਨੇ ਇਕੱਲੇ ਫੈਸਲੇ ਲੈਣ ਤੋਂ ਘਬਰਾਉਂਦੇ ਹੋਏ ਹੋਰ ਆਪਣੇ ਨਾਲ ਬੰਦੇ ਖੜ੍ਹੇ ਕਰਕੇ ਫੈਸਲਾ ਲੈਣ ਦਾ ਯਤਨ ਕੀਤਾ। ਮੈਨੂੰ ਸ਼ੱਕ ਹੈ ਕਿਉਂਕਿ ਇਹਨਾਂ ਦੇ ਪੈਰ ਵਜਨ ਨਹੀਂ ਚੱਕਦੇ। ਇਹ ਜਿਹੜਾ ਕੰਮ ਕੀਤਾ ਹੈਗਾ ਇਹ ਕੀ ਕੀਤਾ, ਇਹਨਾਂ ਨੇ ਕਿਹਾ ਕਿ ਸਾਡੀ ਮਤ ਜਵਾਬ ਨਹੀਂ ਦਿੰਦੀ, ਅਸੀਂ ਹੋਰਾਂ ਦੀ ਮਤ ਦਾ ਦਾਨ ਲਈਏ। ਪਰ ਮੈਂ ਪੁੱਛਣਾ ਜਥੇਦਾਰਾਂ ਨੂੰ ਕਿ ਜੇ ਤੁਹਾਨੂੰ ਮਤ ਦਾਨ ਦੀ ਲੋੜ ਹੈ ਤਾਂ ਜਿਹੜਾ SGPC ਦਾ ਚੋਣ 2011 ਤੋਂ ਨਹੀਂ ਹੋਇਆ, ਹੁਣ 13 ਸਾਲ ਹੋ ਗਏ, ਮਤਦਾਨ ਪੰਥ ਦਾ ਤੁਸੀਂ ਮੰਗ ਲਓ, ਤੁਸੀਂ ਚੋਣ ਕਰਾ ਦਿਓ। ਉਹੀ ਕਿਸੇ ਪਟੇ ਹਾਊਸ ਤੋਂ ਤੁਸੀਂ ਵਾਰ ਵਾਰ ਫਤਵਾ ਲੈ ਰਹੇ ਹੋ, ਵਾਰ ਵਾਰ ਉਹਨਾਂ ਤੋਂ ਕੋਈ ਕਦੀ ਬੁੱਧੀਜੀਵੀ ਬੁਲਾਉਣੇ, ਮਤਲਬ ਤੁਹਾਡੇ 'ਚ ਇਹ ਹੈ ਹੀ ਨਹੀਂ ਦਮ। ਹੁਣ ਤੁਸੀਂ ਦੇਖੋ ਕਿ ਅਮਿਤ ਸ਼ਾਹ ਦਾ ਨਾਂ ਕੈਨੇਡਾ ਦੇ ਮੰਤਰੀ ਨੇ ਲੈ ਲਿਆ ਕਿ ਸਿੱਖ ਮਾਰੂ ਨੀਤੀ ਉਹਨੇ ਅਪਣਾਈ ਹੋਈ ਹੈ, ਤੁਸੀਂ ਉਹਦੇ ਉੱਤੇ ਸਵਾਲ ਨਹੀਂ ਕੀਤਾ। ਤੁਹਾਡੇ ਉੱਤੇ ਸਵਾਲ ਆਉਂਦੇ ਹੈ ਕਿ ਤੁਸੀਂ ਅਮਿਤ ਸ਼ਾਹ ਨਾਲ ਰਲੇ ਹੋਏ ਹੋ, ਤੁਹਾਡੀਆਂ ਫੋਟੋਆਂ ਹੈਗੀਆਂ। ਜਦ ਅਮਿਤ ਸ਼ਾਹ ਦਾ ਸਪਸ਼ਟ ਨਾਂ ਲਿੱਤਾ ਗਿਆ ਹੈ
कनेडा की सरकार राही उसकी इनक्वायरी च ना आया है, सामन गोयल का आया, अजीत डोवाल का आया, ये उत्ते टिप्पणी क्यों नहीं कर रहे? सानू सिखा नू मारना जायज़ है, साड़ी टारगेटेड किलिंग करनी, एक्स्ट्रा जुडिशल किलिंग करनी, एक्स्ट्रा टेरिटोरियल किलिंग करनी, ये कद तो नियम बन गया हैगा? ये उत्ते भी नहीं तुसी बोल रहे हैगे। ये जिहड़ी ढिल ते कमजोरी है ये आपां नू पंथक तौर पर बहुत सख्ताई नाल लैनी पैनी है। अज ओ बीजेपी जिहड़ी सिखां दी टारगेटेड किलिंग कर रही है, ये जिमनी चोणां च भी अपने नुमाइंदे खड़ के गई है कर रही है, वह भी सिख चेहरे के रूप से साडे सामने आ रहे हैं कि इन्हां नू कोई पुछगिछ नहीं करनगे कि तुसी सिखां नू टारगेटेड किलिंग क्यों कर रहे हो? ये भी अपना फर्ज बनता हैगा। हाथ जोड़ के पंथ नू अपील है कि आपां कट्ठे हो के छोटे साहिबजादियां दे शहीदी दिहाड़े ते ओ मुगल हुकूमत वांग भारत तुरदी होई जिसने साडे दिल्ली च घल्लूकारे कीते, खालरा साहब ने 25,000 लाशां साडियां शमशान घाटां च लभ लईआं, साडे जिहड़े बीजेपी ते अकाली दल दी कट्ठी सरकार सी जिन्ने बरगाड़ी दे विच साडा कांड कीता, गुरु साहब दे बेअदबी होई, सिखां नू मारिया, उन्हां दा लेखा जोखा करिए। अज बीजेपी भी जवाब दे है ते साडे जथेदारां च दम ही नहीं है कि उन्हां नू सवाल करन, उन्हां ते टिप्पणी करन, सिखां नू सुरक्षित रखन, सिखां दी प्रोटैक्शन करन, सिखां दे मुद्दे चक्कण। इहदा मतलब तां इही है कि आपां नू इक SGPC दा चोण जरूरी है जिहदे विच पंथ अपना मतदान करके नवा ढांचा खड़ा करे। वाहिगुरू जी का खालसा, वाहिगुरू जी की फतेह।